ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਸ਼ਰ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ ਜਣ ਦੇ ਵੇਲੇ ਅੱਜ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ ਪਿਛਲੇ 2-3 ਦਿਨਾਂ ਤੋਂ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਥੋੜੀ ਜਿਹੀ ਗਰਮੀ ਵਧੀ ਹੋਈ ਹੈ ਪਹਿਲਾਂ ਇਉਂ ਜਾਪਦਾ ਸੀ ਕਿ ਤਾਪਮਾਨ ਜਿਹੜਾ ਉਹ ਲਗਾਤਾਰ ਢਲਦੇ ਕਰਮ ਦੇ ਵੱਲ ਜਾ ਰਿਹਾ ਪਰ ਇੱਕਦਮ ਫਿਰ ਗਰਮੀ ਹੋਈ ਹੈ ਤੇ ਰਾਤ ਦੇ ਵੇਲੇ ਮੌਸਮ ਸੋਹਣਾ ਤੇ ਠੰਡਾ ਹੋ ਜਾਂਦਾ ਤੇ ਲਗਾਤਾਰ ਇਹਨੇ ਕਵਲ ਵਰਣਾ ਆਉਂਦੇ 15 ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਕੀਤੀ ਗਈ ਹੈ ਸੋ ਕਿਸਾਨ ਭਾਈਚਾਰਾ ਇਸ ਵਕਤ ਧਰਨਿਆਂ ਦੇ ਵਿੱਚ ਵੀ ਹੈ ਤੇ ਇਸ ਵਕਤ ਮੌਸਮ ਦਾ ਉਹਨਾਂ ਨੂੰ ਲਾਹਾ ਲੈਣ ਦੀ ਖਿੱਚ ਵੀ ਹੈ ਕਿਉਂਕਿ ਜੇਕਰ ਕੱਲ ਨੂੰ ਮੀਂਹ ਕਣੀ ਬੱਦਲਵਾਈ ਹੁੰਦੀ ਆ ਤਾਂ ਝੋਨੇ ਦੀ ਫਸਲ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਸਕਦੀ ਆ ਪਰ ਕਿਸਾਨ ਨੂੰ ਅਨਦਾਤੇ ਨੂੰ ਤੇ ਖੇਤ ਮਜ਼ਦੂਰ ਨੂੰ ਇਸ ਗੱਲੋਂ ਸਲਾਮ ਕਰਨੀ ਬਣਦੀ ਹੈ ਕਿ ਖੇਤਾਂ ਦੇ ਵਿੱਚ ਕੰਮ ਨਿਬੇੜ ਕੇ ਧਰਨੇ ਚਾਹੁੰਦਾ ਤੇ ਧਰਨੇ ਦੇ ਵਿੱਚ ਹਾਜ਼ਰੀ ਲਵਾ ਕੇ ਫਿਰ ਖੇਤ ਨੂੰ ਜਾਂਦਾ ਹੈ ਤੇ ਇਹੀ ਸਾਡੇ ਅਨਦਾਤੇ ਦੀ ਪਛਾਣ ਰਹੀ ਹੈ ਤੇ ਇਹੀ ਰਹਿਣੀ ਹੈ ਬੇਸ਼ੱਕ ਹਕੂਮਤ ਕਿਸੇ ਦੀ ਵੀ ਹੋਵੇ ਕਦੇ ਵੀ ਲੋਕਪੱਖੀ ਨਹੀਂ ਅਜੇ ਤੱਕ ਹੋਈ ਆਜ਼ਾਦੀ ਤੋਂ ਬਾਅਦ ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਜਿਹੜੇ ਵੀ ਸੰਘਰਸ਼ ਦੇ ਰਾਹ ਦੇ ਉੱਤੇ ਪਏ ਆ ਤੇ ਜਿਹੜੇ ਵੀ ਕਾਰਨਾਂ ਦੇ ਕਰਕੇ ਪਏ ਆ ਉਹਨਾਂ ਦੀਆਂ ਉਮੀਦਾਂ ਨੂੰ ਬੂਰ ਜ਼ਰੂਰ ਲੱਗੇ ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਆ ਤਾਂ ਉਹ ਪੰਜਾਬ ਦੇ ਵਿੱਚ ਲਗਾਤਾਰ ਅਮਨ ਕਾਨੂੰਨ ਦੀ ਵਿਗੜਦੀ ਹੁਸਤੀਤੀ ਨਾਲ ਜੁੜੀ ਹੋਈ ਹੈ ਆਪਾਂ ਜਾਣਦੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਨਹੀਂ ਸਗੋਂ ਪਿਛਲੇ ਕਈ ਲਾਂ ਤੋਂ ਹੀ ਗੱਲ ਕਰ ਲਈਏ ਕਦੇ ਕਿਤੇ ਕਤਲ ਹੋ ਗਿਆ ਕਦੇ ਕਿਤੇ ਚੇਨੀ ਝਪਟੀ ਗਈ ਕਦੇ ਕਿਤੇ ਲੁੱਟਖੋ ਹੋ ਗਈ ਕਿਤੇ ਬੈਂਕ ਮੁਲਾਜ਼ਮ ਦੇ ਗੋਲੀ ਮਾਰਤੀ ਕਿਤੇ ਏਟੀਐਮ ਪਟਕੇ ਲੈ ਗਏ ਕਿਤੇ ਘਰ ਦੇ ਵਿੱਚ ਵੜ ਕੇ ਨਕਾਬਪੋਸ਼ਾ ਨੇ ਕਤਲ ਕਰਤਾ ਇਹੋ ਜਿਹੀਆਂ ਖਬਰਾਂ ਪੜ ਕੇ ਸੁਣ ਕੇ ਕਾਲਜੇ ਦਾ ਰੁਗ ਪਰਿਆ ਜਾਂਦਾ ਕਿ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਕਿੰਨਾ ਚਿਰ ਚੱਲੂ ਪੰਜਾਬ ਦੇ ਵਿੱਚੋਂ ਇਹ ਸਾਰਾ ਕੁਝ ਕਦੋਂ ਕੁ ਮੁੱਕੂ ਪਰ ਮੁੱਕਣ ਦਾ ਨਾ ਨਹੀਂ ਲੈਂਦਾ ਰੁਕਣ ਦਾ ਨਾ ਨਹੀਂ ਲੈਂਦਾ ਇਹ ਸਾਰਾ ਕੁਝ ਲਗਾਤਾਰ ਅੱਗੇ ਤੋਂ ਅੱਗੇ ਵਧ ਹੀ ਜਾਂਦਾ ਅੱਜ ਪੰਜਾਬ ਦੇ ਵਿੱਚ ਜਿਹੜੀ ਖਬਰ ਆਈ ਹੈ ਜਿਹੜੀ ਕਿ ਦੁਖਦਾਈ ਆ ਉਹ ਹੈਗੀ ਆ ਕਾਮਰੇਡ ਬਲਵਿੰਦਰ ਸਿੰਘ ਪਿੱਖੀਵਿੰਡ ਦੇ ਨਾਲ ਜੁੜੀ ਹੋਈ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਘਰ ਦੇ ਵਿੱਚ ਵੜ ਕੇ ਜਿਨ੍ਹਾਂ ਨੂੰ ਸ਼ੌਰਿਆ ਚੱਕਰਪੁਰਸਕਾਰ ਮਿਲਿਆ ਹੋਇਆ ਸੀ 1993 ਦੇ ਵਿੱਚ ਸੋ ਕਾਮਰੇਡ ਬਲਵਿੰਦਰ ਸਿੰਘ ਨੂੰ ਜੇਕਰ ਅਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖੀਏ ਤਾਂ ਉਹਨਾਂ ਦੇ ਉੱਤੇ ਕਈ ਡਾਕੂਮੈਂਟਰੀ ਫਿਲਮਾਂ ਵੀ ਬਣੀਆਂ ਹੋਈਆਂ ਉਹ ਡਾਕੂਮੈਂਟਰੀ ਫਿਲਮਾਂ ਇਸ ਕਰਕੇ ਬਣੀਆਂ ਕਿਉਂਕਿ ਉਹਨਾਂ ਦੇ ਟੱਬਰ ਦੇ ਉੱਤੇ ਕਾਲੇ ਦੌਰ ਦੇ ਵਿੱਚ ਬਹੁਤ ਵਾਰ ਹਮਲੇ ਹੋਏ ਉਹਨਾਂ ਦੇ ਟੱਬਰ ਦੇ ਉੱਤੇ ਐਕਟ ਨਹੀਂ ਦੋ ਨਹੀਂ ਸਕੋ ਦਰਜਨਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹਮਲੇ ਹੋਏ ਤੇ ਉਹਨਾਂ ਦੇ ਟੱਬਰ ਦੇ ਉੱਤੇ ਡਾਕੂਮੈਂਟਰੀਆਂ ਇਸ ਕਰਕੇ ਬਣੀਆਂ ਕਿਉਂਕਿ ਉਹਨਾਂ ਨੇ ਘਰ ਦੇ ਵਿੱਚ ਬੰਕਰ ਬਣਾਏ ਸੀ ਮੋਰਚੇ ਬਣਾਏ ਸੀ ਤੇ ਔਰਤਾਂ ਵੀ ਹਥਿਆਰ ਚੁੱਕ ਕੇ ਤੇ ਮੁਕਾਬਲਾ ਕਰਦੀਆਂ ਰਹੀਆਂ ਤਾਂ ਜੋ ਜਿਹੜੇ ਅਨਸੁਖਾਵੇ ਤੱਤ ਸੀਗੇ ਤੇ ਉਹਨਾਂ ਦੇ ਨਾਲ ਮੁਕਾਬਲਾ ਕਰਕੇ ਤੇ ਆਪਣੀ ਜ਼ਿੰਦਗੀ ਬਚਾਈ ਜਾ ਸਕੇ ਪਰ ਦੁੱਖ ਦੀ ਗੱਲ ਇਹ ਹੈ ਕਿ ਮਾਰਚ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਸਿਕਿਉਰਿਟੀ ਵਾਪਸ ਲੈ ਲਈ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਸਿਕਿਉਰਟੀ ਮਿਲੀ ਹੋਈ ਸੀ ਮਾਰਚ ਮਹੀਨੇ ਵਿੱਚ ਸਿਕਿਉਰਟੀ ਵਾਪਸ ਲੈ ਲਈ ਉਹਨਾਂ ਨੇ ਡੀਜੀਪੀ ਨੂੰ ਖਤਮ ਵੀ ਲਿਖਿਆ ਸੀ ਕਿ ਸਾਡੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ ਪਰ ਸਿਕਿਉਰਟੀ ਵਾਪਸ ਨਹੀਂ ਮਿਲੀ ਤੇ ਅੱਜ ਗੋਲੀਆਂ ਮਾਰ ਕੇ ਬਲਵਿੰਦਰ ਸਿੰਘ ਦਾ ਘਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਤੇ ਇਹ ਉਹ ਦੌਰ ਹੈ ਜਦੋਂ ਪੰਜਾਬ ਦੇ ਵਿੱਚ ਸਾਬਕਾ ਚੇਅਰਮੈਨਾਂ ਨੂੰ ਤੇ ਕਈ ਜਿਹੜੇ ਝੋਲੀ ਚੁੱਕ ਜੇ ਸਰਪੰਚਾਂ ਉਹਨਾਂ ਨੂੰ ਵੀ ਸਿਕਿਉਰਟੀ ਮਿਲੀ ਹੋਈ ਹੈ ਹਾਲਾਂਕਿ ਉਹਨਾਂ ਨੂੰ ਕਿਸੇ ਕਿਸਮ ਦੀ ਲੋੜ ਕੋਈ ਨਹੀਂ ਗੀ ਮੈਂ ਨਿੱਜੀ ਤੌਰ ਦੇ ਉੱਤੇ ਤਾਂ ਹਮੇਸ਼ਾ ਇਹ ਚਾਹੁੰਦਾ ਕਿ ਕਦੇ ਵੀ ਕਿਸੇ ਨੂੰ ਖਤਰਾ ਨਾ ਪੈਦਾ ਹੋਵੇ ਤੇ ਨਾ ਕਿਸੇ ਮંત્રી ਨੂੰ ਤੇ ਨਾ ਕਿਸੇ ਆਮ ਖਾਸ ਬੰਦੇ ਨੂੰ ਪ੍ਰਧਾਨ ਮੰਤਰੀ ਤੱਕ ਨੂੰ ਸਿਕਿਉਰਟੀ ਦੀ ਜ਼ਰੂਰਤ ਹੀ ਨਾ ਪਵੇ ਪਰ ਕਈ ਵਾਰ ਕਿਸੇ ਬੰਦੇ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਕਿ ਉਹਨੂੰ ਕਿਤੇ ਵੀ ਮੋੜ ਦੇ ਉੱਤੇ ਮਾਰ ਰਿਆ ਜਾ ਸਕਦਾ ਇਸ ਕਰਕੇ ਉਹਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਤੇ ਅਦਾਲਤਾਂ ਵੀ ਕਹਿਨੀਆਂ ਕਿ ਇਹਨੂੰ ਸਿਕਿਉਰਟੀ ਮੁਹੱਈਆ ਕਰਾਈ ਜਾਵੇ ਪਰ ਟੁੱਟੜ ਜੇ ਲੋਕਾਂ ਨੂੰ ਪੰਜਾਬ ਦੇ ਵਿੱਚ ਕਈਆਂ ਨੂੰ ਸਿਕਿਉਰਟੀ ਮਿਲ ਜਾਂਦੀ ਹੈ ਤੇ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਜਾਂਦਾ ਹੈ ਇਹ ਉਸੇ ਖਬਰ ਦੇ ਰੂਪ ਦੇ ਵਿੱਚ ਗੱਲ ਸਾਹਮਣੇ ਆਈ ਹੈ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ੌਰਿਆ ਚੱਕਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੇ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰਨ ਦੇ ਲਈ ਫਿਰੋਜ਼ਪੁਰ ਦੇ ਡੀਆਈਜੀ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਯਾਨੀ ਕਿ ਐਸਆਈਟੀ ਦਾ ਗਠਨ ਕਰਨ ਦੇ ਹੁਕਮ ਦਿੱਤੇ ਨੇ ਬਲਵਿੰਦਰ ਸਿੰਘ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਜਾਂਚ ਦੇ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਤਾਂਕੇ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸਆਈਟੀ ਦੇ ਵੱਲੋਂ ਕੀਤੀ ਜਾਣ ਵਾਲੀ ਜਾਂਚ ਵਿੱਚ ਸਾਰੀਆਂ ਸੰਭਾਵਨਾਵਾਂ ਲੱਭੀਆਂ ਜਾਣਗੀਆਂ ਉਨਾ ਕਹਿਆ ਕਿ ਜੋ ਵੀ ਕਤਲ ਦਾ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ ਐਐਸਆਈਟੀ ਦੇ ਬਾਰੇ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਡੀਆਈਜੀ ਹਰਦੀਾਲ ਮਾਨ ਤੋਂ ਇਲਾਵਾ ਇਹ ਟੀਮ ਤਰਨਤਾਰਨ ਦੇ ਐਸਐਸਪੀ ਧਰਮਨ ਨਿੰਮਲੇ ਤੇ ਪਿੱਖੀਵਿੰਡ ਦੇ ਡੀਐਸਪੀ ਰਾਜਵੀਰ ਸਿੰਘ ਦੇ ਉੱਤੇ ਆਧਾਰਿਤ ਹੈ ਡੀਜੀਪੀ ਨੇ ਕਿਹਾ ਕਿ ਬਲਵਿੰਦਰ ਨੂੰ ਉਸਦੇ ਪਿੱਖੀਵਿੰਡ ਵਿੱਚ ਸਥਿਤ ਘਰ ਦੇ ਵਿੱਚ ਅੱਜ ਸਵੇਰੇ 7 ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਹਲਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਇਸ ਇਲਾਕੇ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਗਿਆ ਕਿ ਦੋ ਅਣਪਛਾਤੇ ਹਮਲਾਵਰ ਸਵੇਰੇ ਮ੍ਰਿਤਕ ਦੇ ਘਰ ਪਹੁੰਚੇ ਤੇ ਇਹਨਾਂ ਵਿੱਚੋਂ ਇੱਕ ਨੇ ਹਮਲਾਵਰ ਦੇ ਆਹੱਤੇ ਦੇ ਵਿੱਚ ਦਾਖਲ ਹੋ ਕੇ ਨੇੜਿਓਂ ਗੋਲੀ ਚਲਾਈ ਡੀਜੀਪੀ ਨੇ ਕਿਹਾ ਕਿ ਵਾਹਨ ਦੇ ਵੇਰਵੇ ਤੇ ਇਸ ਦੇ ਰਜਿਸਟ੍ਰੇਸ਼ਨ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ ਐਫ ਆਈ ਆਰ ਨੰਬਰ 174/20 ਤਾਂ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 302 34 ਤੇ ਆਰਮਜ਼ ਐਕਟ ਦੀ ਧਾਰਾ 25 ਤੇ 27 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗਲਤੀ ਅਸੀਂ ਕਹਾਂਗੇ ਇਹ ਗੱਲ ਇਕੱਲੇ ਬਲਵਿੰਦਰ ਸਿੰਘ ਦੇ ਉੱਤੇ ਲਾਗੂ ਨਹੀਂ ਹੁੰਦੀ ਬਲਵਿੰਦਰ ਸਿੰਘ ਦੀ ਥਾਂ ਦੇ ਉੱਤੇ ਕੋਈ ਮਹਿੰਦਰ ਸਿੰਘ ਹੁੰਦਾ ਕੋਈ ਸਵਰਨ ਸਿੰਘ ਹੁੰਦਾ ਕੋਈ ਮੁਖਤਿਆਰ ਸਿੰਘ ਹੁੰਦਾ ਕੋਈ ਦੀਪਕ ਸ਼ਰਮਾ ਹੁੰਦਾ ਕੋਈ ਵੀ ਵਿਅਕਤੀ ਹੋਵੇ ਪੰਜਾਬ ਦਾ ਜਾਂ ਪੰਜਾਬੋਂ ਕਿਸੇ ਵੀ ਬਾਹਰਲੇ ਸੂਬੇ ਦਾ ਜੇਕਰ ਉਹਦੇ ਘਰ ਦੇ ਵਿੱਚ ਵੜ ਕੇ ਲੋਕ ਗੋਲੀਆਂ ਮਾਰ ਜਾਣ ਤਾਂ ਇਹਦਾ ਮਤਲਬ ਇੱਕੋ ਹੀ ਹੈ ਇਹਦਾ ਅਰਥ ਇੱਕੋ ਹੀ ਨਿਕਲਦਾ ਕਿ ਜਿਹੜੇ ਇਸ ਵਕਤ ਸਮਾਜ ਵਿਰੋਧੀ ਅਨਸਰ ਆ ਜਿਹੜੇ ਗੁੰਡੇ ਆ ਜਿਹੜੇ ਬਦਮਾਸ਼ ਆ ਜਿਹੜੇ ਗੈਂਗਸਟਰ ਆ ਜਿਹੜੇ ਕਿ ਬੰਦੇ ਨੂੰ ਗਾਜਰ ਮੂਲੀ ਵਾਂਗੂ ਵੱਢਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਉਹਨਾਂ ਦੇ ਮਨ ਦੇ ਵਿੱਚ ਅਮਨ ਦੀ ਕੋਈ ਸਥਿਤੀ ਕੋਈ ਕਾਨੂੰਨ ਦੀ ਸਥਿਤੀ ਕੋਈ ਡਰ ਕੋਈ ਉਹਨਾਂ ਦੇ ਮਨ ਦੇ ਵਿੱਚ ਪੈ ਹੀ ਹੈ ਨੀਗਾ ਬੇਸ਼ੱਕ ਸਾਡੀ ਪੰਜਾਬ ਦੀ ਪੁਲਿਸ ਇਹ ਗੱਲ ਕਹਿੰਦੀ ਆ ਸਰਕਾਰ ਇਹ ਗੱਲ ਕਹਿੰਦੀ ਆ ਡੀਜੀਪੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਪੰਜਾਬ ਘੁੱਗ ਵਸਦਾ ਪੰਜਾਬ ਦੇ ਵਿੱਚ ਸਮਾਜ ਵਿਰੋਧੀ ਅੰਸਰਾਂ ਨੂੰ ਅਸੀਂ ਬਿਲਕੁਲ ਉੱਠਣ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਸਭ ਦੀ ਜਾਨ ਸੁਰੱਖਿਅਤ ਆ ਪਰ ਮੈਂ ਦੁਖਹੀ ਮੰਦੇ ਨਾਲ ਇਹ ਗੱਲ ਕਹਿ ਰਿਹਾ ਵੀ ਜੇਕਰ ਅੱਜ ਕੋਈ ਖੇਤ ਦੇ ਵੱਲ ਜਾਂਦਾ ਤਾਂ ਇਹ ਨਹੀਂ ਪਤਾ ਉਹਨੇ ਵਾਪਸ ਆਉਣਾ ਕਿ ਨਹੀਂ ਜੇਕਰ ਕੋਈ ਅੱਜ ਸੈਰ ਤੇ ਜਾਂਦਾ ਇਹ ਨਹੀਂ ਪਤਾ ਉਹਨੇ ਸਾਬਤ ਸਬੂਤਾ ਆਉਣਾ ਕਿ ਨਹੀਂ ਜੇਕਰ ਕੋਈ ਅੱਜ ਦਫ਼ਤਰ ਜਾਂਦਾ ਇਹ ਨਹੀਂ ਪਤਾ ਸੜਕ ਦੇ ਉੱਤੇ ਉਹਦਾ ਕਿਹਨੇ ਕਾਂਡ ਕਰ ਦੇਣਾ ਸੋ ਬੰਦਾ ਇਸ ਵਕਤ ਸੁਰੱਖਿਆਤ ਕੌਣਾ ਪੰਜਾਬ ਦੇ ਵਿੱਚ ਮੰਤਰੀਆਂ ਸੰਤਰੀਆਂ ਤੋਂ ਬਿਨਾ ਸਵਾਲਾਂ ਦਾ ਸਵਾਲ ਇਹ ਪੈਦਾ ਹੁੰਦਾ ਜਿਹੜੀ ਸਾਡੀ ਸਿਕਿਉਰਿਟੀ ਪ੍ਰਕਿਰਿਆ ਉਹ ਕਿਹੋ ਜੀ ਆ ਇਹਦੇ ਬਾਬਤ ਆਪਾਂ ਜਾਣਦੇ ਆ ਇਹ ਵੀ ਗੱਲ ਸੱਚੀ ਹੈ ਕਿ ਪੰਜਾਬ ਪੁਲਿਸ ਦਾ ਵੱਡਾ ਹਿੱਸਾ ਵਕ ਵਕ ਨੇਤਾਵਾਂ ਦੇ ਨਾਲ ਅਟੈਚ ਕੀਤਾ ਹੋਇਆ ਜੋੜਿਆ ਹੋਇਆ ਤੇ ਆਮ ਲੋਕਾਂ ਦੀ ਰੱਖਿਆ ਕਰਨ ਵਾਸਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਬਹੁਤ ਥੋੜੀ ਹੈ ਪਰ ਜੇਕਰ ਇਸ ਵਕਤ ਪੰਜਾਬ ਦੀ ਪੁਲਿਸ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੀ ਆਗਿਆ ਮਿਲੇ ਤਾਂ ਸ਼ਾਇਦ ਲੋਕਾਂ ਦੀ ਜ਼ਿੰਦਗੀ ਬਚ ਵੀ ਜਾਵੇ ਪਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਅਲਵਿੰਦਰ ਸਿੰਘ ਹੋਰੀਆ ਜਿਹੜੇ ਇਹ ਨਾੜਾ ਨਾਂ 1980 ਤੋਂ 1990 ਦੇ ਵਰਿਆਂ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਅੱਗੇ ਰਿਹਾ ਕਿਉਂਕਿ ਉਸ ਵਕਤ ਬਹੁਤ ਸਾਰੇ ਹਮਲੇ ਹੋਏ ਜਿਵੇਂ ਅਸੀਂ ਮੋਢੇ ਦੇ ਵਿੱਚ ਗੱਲ ਕਹੀ ਹੈ ਸ਼ੌਰਿਆ ਚੱਕਰ ਇੱਕ ਬਹੁਤ ਵੱਡਾ ਪੁਰਸਕਾਰਾ ਕੇਂਦਰ ਦੇ ਵੱਲੋਂ ਦਿੱਤਾ ਜਾਣ ਵਾਲਾ ਸੋ ਇਸ ਪੁਰਸਕਾਰ ਦੇ ਨਾਲ ਜੁੜਿਆ ਹੋਣ ਕਰਕੇ ਬਲਵਿੰਦਰ ਸਿੰਘ ਪਿੱਖੀਵੰਡ ਦਾ ਨਾਂ ਇਹ ਬਹੁਤ ਚਰਚਾ ਦੇ ਵਿੱਚ ਰਿਹਾ ਤੇ ਇਹਨਾਂ ਦੇ ਉੱਤੇ ਡਾਕੂਮੈਂਟਰੀਜ਼ ਬਣੀਆਂ ਜਿਹੜੀਆਂ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਅੱਜ ਬੇਡਰ ਹੋ ਕੇ ਕਿਸੇ ਕਿਸਮ ਦਾ ਡਰ ਨਹੀਂ ਕਿਸੇ ਕਿਸਮ ਦਾ ਭੈ ਨਹੀਂ ਮੋਟਰਸਾਈਕਲ ਦੇ ਉੱਤੇ ਦੋ ਨੌਜਵਾਨ ਆਉਂਦੇ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮਗਰ ਬੈਠਾ ਹੋਇਆ ਉਹਦੇ ਹੱਥ ਦੇ ਵਿੱਚ ਹਥਿਆਰ ਆ ਘਰ ਦੇ ਵਿੱਚ ਉਹ ਵੜਦਾ ਹੈਗਾ ਅੰਦਰ ਵੱਡਨਸਾਰੋ ਗੋਲੀਆਂ ਮਾਰ ਦਿੰਦਾ ਤੇ ਆਰਾਮ ਦੇ ਨਾਲ ਹੱਸਦੇ ਖੇਡਦੇ ਉਹ ਮੋਟਰਸਾਈਕਲ ਦੇ ਉੱਤੇ ਬਹਿ ਕੇ ਫੇਰ ਚਲੇ ਜਾਂਦੇ ਆ ਤੇ ਪੁਲਿਸ ਇਸ ਗੱਲ ਦਾ ਪਤਾ ਲਾ ਚੁੱਕੀ ਹੈ ਵੀ ਭਾਈ ਸੀਸੀਟੀਵੀ ਕੈਮਰੇ ਦੇ ਵਿੱਚੋਂ ਫੁਟੇਜ ਮਿਲੀ ਆ ਦੋ ਜਣੇ ਸੀ ਮੋਟਰਸਾਈਕਲ ਤੇ ਸੀ ਪਰ ਉਹਨਾਂ ਦੇ ਚਿਹਰਿਆਂ ਦਾ ਕੁਝ ਨਹੀਂ ਪਤਾ ਤੇ ਹੁਣ ਮੈਂ ਇਸ ਗੱਲ ਨੂੰ ਜੋੜ ਰਿਹਾ ਜਗਦੀਸ਼ ਗਗਨੇਜਾ ਦੇ ਕਤਲ ਦੇ ਨਾਲ ਇਸੇ ਗੱਲ ਨੂੰ ਜੋੜ ਕੇ ਦੇਖਣਾ ਚਾਹੀਦਾ ਮਾਤਾ ਚੰਦਕੌਰ ਦੇ ਕਤਲਾਂ ਦੇ ਨਾਲ ਅੱਜ ਤੱਕ ਮਾਤਾ ਚੰਦਕੌਰ ਦੇ ਕਤਲਾਂ ਦਾ ਪਤਾ ਨਹੀਂ ਲੱਗਿਆ ਕਿੰਨੇ ਵਰੇ ਹੋ ਗਏ ਆ ਪੁਲਿਸ ਨੇ ਐਸਆਈਟੀ ਬਣਾਈ ਗੱਲ ਖਤਮ ਹੋ ਗਈ ਪਤਾ ਹੀ ਨਹੀਂ ਲੱਗਦਾ ਹੁਣ ਜਿਹੜੀ ਐਸਆਈਟੀ ਬਣਾਈ ਆ ਬਲਵਿੰਦਰ ਸਿੰਘ ਦੇ ਮਾਮਲੇ ਦੇ ਉੱਤੇ ਇਹਦਾ ਕਦੋਂ ਪਤਾ ਲੱਗੂਗਾ ਵੀ ਕਿਹਨੇ ਇਹ ਹਮਲਾ ਕੀਤਾ ਤੇ ਕਿਹੜੇ ਸੀ ਹਮਲਾਵਰ ਤੇ ਕਿਹੜੇ ਕਾਰਨਾਂ ਦੇ ਕਰਕੇ ਕਤਲ ਕਰਕੇ ਗਏ ਆ ਇਹ ਵੀ ਮੈਨੂੰ ਲੱਗਦਾ ਵੀ ਨੇਰੇ ਦੇ ਵਿੱਚ ਹੱਥ ਮਾਰਨ ਵਾਲੀ ਗੱਲ ਹੋਣੀ ਆ ਕਿਉਂਕਿ ਹੁਣ ਸਕੈਚ ਬਣਾਏ ਜਾਣਗੇ ਸਕੈਚ ਕੰਦਾਂ ਦੇ ਉੱਤੇ ਲਾਏ ਜਾਣਗੇ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਪੁਲਿਸ ਇਹ ਵੀ ਲਖ ਜਾਂ 5 ਲੱਖ ਰੁਪਏ ਦਾ ਇਨਾਮ ਵੀ ਦੇਵਾਂਗੇ ਜਿਹੜੇ ਕਿ ਇਹਨਾਂ ਕਾਤਲਾਂ ਦੇ ਬਾਬਤ ਜਾਣਕਾਰੀ ਦੇਣਗੇ ਤੁਹਾਨੂੰ ਸ਼ਹਿਰ ਚੇਤੇ ਹੋਵੇ ਵੀ ਕੁਝ ਕਵਰੇ ਪਹਿਲਾਂ ਜਗਦੀਸ਼ ਗਗਨੇਜਾ ਆਰਐਸਐਸ ਦੇ ਨੇਤਾ ਦਾ ਕਤਲ ਹੋ ਗਿਆ ਸੀਗਾ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਉਹਦਾ ਕਤਲ ਕੌਣ ਕਰ ਗਿਆ ਉਸ ਮਾਮਲੇ ਦੇ ਵਿੱਚ ਵੀ ਇਨਾਮ ਦੇਵਾਂਗੇ ਸਕੈਚ ਬਣਾ ਲੇ ਆਹ ਕਰ ਲਿਆ ਉਹ ਕਰ ਲਿਆ ਪਰ ਬਾਅਦ ਦੇ ਵਿੱਚ ਇੱਕ ਹੋਰ ਖਬਰ ਆਉਂਦੀ ਸਾਹਮਣੇ ਕੋਈ ਹੋਰ ਕਾਂਡ ਵਾਪਰ ਜਾਂਦਾ ਪਿਛਲੇ ਕਾਂਡ ਦੇ ਵੱਲੋਂ ਸਭ ਦਾ ਧਿਆਨ ਪਰੇ ਹੋ ਜਾਂਦਾ ਸੋ ਪੰਜਾਬ ਦੇ ਵਿੱਚ ਇਸ ਵਕਤ ਅਰਾਜਕਤਾ ਵਰਗਾ ਮਾਹੌਲ ਨਾ ਵਧੇ ਅੱਗੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਲੰਘੇ ਕਾਂਡ ਕੀ ਹੋਇਆ ਆਦਮਪੁਰ ਦੇ ਕੋਲੇ ਇੱਕ ਪੈਂਡਾ ਤੇ ਉੱਥੇ ਯੂਕੋ ਬੈਂਕ ਨੂੰ ਲੁੱਟ ਕੇ ਲੈ ਗਏ 1:30 ਵਜੇ ਦੇ ਕਰੀਬ ਦੁਪਹਿਰ ਦੇ ਵੇਲੇ ਚਾਰ ਪੰਜ ਉੱਥੇ ਨਕਾਬ ਪੇਸ਼ਲੇ ਟੇਰੇ ਆਉਂਦੇ ਆ ਯੂਕੋ ਬੈਂਕ ਦੇ ਅੰਦਰ ਜਾਂਦੇ ਆ ਉਹ ਥੋੜਾ ਜਿਹੜਾ ਸਿਕਿਉਰਿਟੀ ਕਰਮਚਾਰੀ ਆ ਉਹ ਉਹਨਾਂ ਦੇ ਨਾਲ ਭੜ ਪੈਂਦਾ ਉਹ ਗੋਲੀ ਮਾਰ ਕੇ ਉਹਦਾ ਕਤਲ ਕਰ ਜਾਂਦੇ ਆ 6 ਲੱਖ ਤੇ ਕੁਝ ਹਜ਼ਾਰ ਰੁਪਏ ਲੈ ਕੇ ਉਹ ਬਿਲਕੁਲ ਆਰਾਮ ਦੇ ਨਾਲ ਤੁਰ ਜਾਂਦੇ ਆ ਉਹਨਾਂ ਨੂੰ ਚਿੰਤਾ ਹੀ ਨਹੀਂ ਕਿ ਸਾਨੂੰ ਕਾਨੂੰਨ ਕਿਹਦੇ ਪਰੇਸ਼ਾਨੀ ਦੇਊਗਾ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਡਕਰੀ ਹੈ ਨਹੀਂਗਾ ਸੋ ਇਸ ਕਰਕੇ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਸਥਿਤੀ ਪੈਦਾ ਹੋਈ ਹੈ ਪਹਿਲਾਂ ਮੈਂ ਸੋ ਪੰਜਾਬ ਦੇ ਵਿੱਚੋਂ ਲੋਕ ਬਾਹਰ ਨੂੰ ਭੱਜੇ ਕਿਉਂ ਜਾਂਦੇ ਆ ਪਰ ਜਦੋਂ ਅੱਜ ਅਸੀਂ ਖਬਰਾਂ ਪੜ੍ਹਦੇ ਆਂ ਇਓਂ ਲੱਗਦਾ ਵੀ ਅਖਬਾਰਾਂ ਦੇ ਸਫੇ ਸਿਆਹੀ ਦੇ ਨਾਲ ਨਹੀਂ ਖੂਨ ਦੇ ਨਾਲ ਛਪੇ ਹੋਏ ਆ ਇਸੇ ਕਰਕੇ ਲੋਕ ਬਾਹਰ ਨੂੰ ਭੱਜ ਰਹੇ ਆ ਚਾਹੀਦਾ ਇਹ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਸਹੀ ਅਰਥਾਂ ਦੇ ਵਿੱਚ ਬਹਾਲ ਕੀਤੀ ਜਾਵੇ ਕੋਈ ਮੰਨੇ ਜਾਂ ਨਾ ਮੰਨੇ ਪਰ ਕਿਸਾਨ ਯੂਨੀਅਨਾਂ ਦੇ ਸੰਘਰਸ਼ ਨੇ ਖੇਤ ਮਜ਼ਦੂਰਾਂ ਦੇ ਸੰਘਰਸ਼ ਨੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਨਾਸੀਨ ਧੂਆਂ ਲਿਆਂਦਾ ਹੋਇਆ ਬੇਸ਼ੱਕ ਕੋਈ ਨੇਤਾ ਇਹ ਗੱਲ ਕਵੇ ਜੀ ਕਿ ਅਸੀਂ ਤਾਂ ਕਿਸਾਨਾਂ ਦੇ ਪੱਖ ਦੇ ਵਿੱਚ ਆਂ ਕੋਈ ਇਹ ਗੱਲ ਕਵੇ ਜੀ ਕਿ ਸਾਨੂੰ ਤਾਂ ਇਸ ਵਕਤ ਮੌਕਾ ਨਹੀਂ ਮਿਲ ਰਿਹਾ ਅਸੀਂ ਤਾਂ ਬਹੁਤ ਚਮਤਕਾਰ ਪੇਸ਼ ਕਰ ਦਈਏ ਪਰ ਇਸ ਵਕਤ ਪੰਜਾਬ ਦੇ ਕਿਸਾਨ ਆ ਜਿਹੜੇ ਖੇਤ ਮਜ਼ਦੂਰ ਆ ਜਿਹੜੇ ਜਿਹੜੇ ਕਿ ਇਸ ਵਕਤ ਦਿਨ ਰਾਤ ਦੇ ਧਰਨਿਆਂ ਦੇ ਉੱਤੇ ਬੈਠੇ ਹੋਏ ਆ ਉਹ ਕੋਈ ਨਿਆਣੇ ਨਹੀਂ ਉਹਨਾਂ ਨੂੰ ਪੁਚਲਾਇਆ ਨਹੀਂ ਜਾ ਸਕਦਾ ਉਹਨਾਂ ਨੂੰ ਇਸ ਵਕਤ ਮਗਰ ਲਾਇਆ ਨਹੀਂ ਜਾ ਸਕਦਾ ਤੇ ਵੈਸੇ ਅੱਜ ਦੋ ਤਿੰਨ ਖਬਰਾਂ ਜਿਹੜੀਆਂ ਸਭ ਦਾ ਧਿਆਨ ਖਿੱਚਦੀਆਂ ਇਸ ਮੁਤਲਕ ਅੱਜ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਦੇ ਵਿਧਾਇਕ ਆ ਉਹ ਪਿੰਡ ਗੁਰੂ ਸਰ ਦੇ ਵਿੱਚ ਜਾਂਦੇ ਆ ਆਪਦੇ ਸਮਰਥਕਾਂ ਨੂੰ ਮਿਲਣ ਦੇ ਲਈ ਜਾਂ ਕਿਸੇ ਨਾਲ ਜ਼ਰੂਰੀ ਮੀਟਿੰਗ ਕਰਨੀ ਹੋਣੀ ਆ ਪਰ ਇਸ ਪਿੰਡ ਦੇ ਵਿੱਚ ਕਿਸਾਨਾਂ ਨੇ ਉਹਨਾਂ ਦਾ ਬੜੇ ਖਤਰਨਾਕ ਤੇ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ ਕਾਲੀਆਂ ਝੰਡੀਆਂ ਦੇ ਨਾਲ ਘੇਰਾ ਪਾ ਲਿਆ ਬਾਅਦ ਵਿੱਚ ਪੁਲਿਸ ਦੇ ਵੱਲੋਂ ਆ ਕੇ ਸਥਿਤੀ ਨੂੰ ਸੰਭਾਲਿਆ ਗਿਆ ਤੇ ਅਸੀਂ ਪਿਛਲੇ ਦਿਨੀ ਵੀ ਖਬਰ ਦੀ ਖਬਰ ਦੇ ਵਿੱਚ ਇਸ ਪਿੰਡ ਦੀ ਗੱਲ ਕੀਤੀ ਸੀ ਕਿ ਇਸ ਪਿੰਡ ਦੇ ਕੱਲੇ-ਕੱਲੇ ਬੂਹੇ ਦੇ ਉੱਤੇ ਮੁੱਖ ਦਰਵਾਜ਼ੇ ਦੇ ਉੱਤੇ ਇੱਕ ਪੋਸਟਰ ਲਾਇਆ ਹੋਇਆ ਕੱਲੇ-ਕੱਲੇ ਬੂਹੇ ਦੇ ਉੱਤੇ ਲੱਗਾ ਹੋਇਆ ਹਰ ਘਰ ਨੇ ਇਹ ਲਾਇਆ ਹੋਇਆ ਜ ਜਿਹਦੇ ਉੱਤੇ ਇਬਾਰਤ ਲਿਖੀ ਹੋਈ ਆ ਕਿ ਸਾਡੇ ਪਿੰਡ ਦੇ ਵਿੱਚ ਓਨੀ ਦੇਰ ਤੱਕ ਕਿਸੇ ਵੀ ਪਾਰਟੀ ਦਾ ਕੋਈ ਵੀ ਨੇਤਾ ਵੜਨ ਦੀ ਕੋਸ਼ਿਸ਼ ਨਾ ਕਰੇ ਜਿੰਨੀ ਦੇਰ ਤੱਕ ਕੇਂਦਰ ਦੇ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਪਿੰਡ ਵਸਗਾਂ ਨੇ ਕਿ ਪੂਰੇ ਪੰਜਾਬ ਦੇ ਵਿੱਚ ਇਹ ਜਾਗ ਲੱਗਣੀ ਚਾਹੀਦੀ ਆ ਪੂਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹਦੇ ਮੁਤਲਕ ਫੈਸਲਾ ਕਰਨਾ ਚਾਹੀਦਾ ਪੰਜਾਬ ਦੇ ਹਰ ਘਰ ਦੇ ਬਾਹਰ ਇਹ ਪੋਸਟਰ ਲੱਗਣਾ ਚਾਹੀਦਾ ਪਰ ਇੰਨੀ ਗੈਰਤਮੰਦੀ ਸਾਰੇ ਪਾਸੇ ਤਾਂ ਨਹੀਂ ਹੁੰਦੀ ਅਸੀਂ ਇਹ ਵੀ ਮੰਨਦੇ ਆ ਪਰ ਜਿਹੜੇ ਪਿੰਡ ਵਾਲਿਆਂ ਨੇ ਇਹ ਕੁਝ ਲਿਖਿਆ ਉਹਨਾਂ ਨੇ ਕੁਝ ਸੋਚ ਕੇ ਹੀ ਪੋਸਟਰ ਲਾਇਆ ਹੁਣ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਪਰ ਅਸੀਂ ਜਾਣਦੇ ਹਾਂ ਕਿ ਅੰਗਲੀ ਸੰਗਲੀ ਸਭ ਦੀ ਇੱਕ ਦੂਜੇ ਨਾਲ ਲੱਗਦੀ ਆ ਸਾਰੇ ਇੱਕ ਦੂਜੇ ਦੇ ਆਪਾਂ ਜਾਣਦੇ ਕਿ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੁੰਦੇ ਆ ਕਈਆਂ ਦੀਆਂ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਵੀ ਆ ਕਈ ਇੱਕ ਦੂਜੇ ਨਾਲ ਮੈਚ ਫਿਕਸ ਕਰਕੇ ਵੀ ਖੇਡਦੇ ਆ ਇਸ ਕਰਕੇ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਹੋਵੇ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਬਸਪਾ ਦਾ ਹੋਵੇ ਭਾਵੇਂ ਅਕਾਲੀਆਂ ਦਾ ਹੋਵੇ ਤੇ ਭਾਵੇਂ ਹੋਵੇ ਭਜਪਾਈਆਂ ਦਾ ਕੋਈ ਵੀ ਨੇਤਾ ਸਾਡੇ ਪਿੰਡ ਦੇ ਵਿੱਚ ਵੜੂਗਾ ਨਹੀਂ ਕਿਸੇ ਘਰ ਦੇ ਵਿੱਚ ਆ ਨਹੀਂ ਸਕੂਗਾ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਇਸ ਕਰਕੇ ਹੰਬੜਾ ਮਾਰਨ ਜਾ ਕੇ ਮੋਦੀ ਸਰਕਾਰ ਨੂੰ ਘੇਰਨ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਆ ਤੇ ਜੇਕਰ ਖੇਤੀ ਕਾਨੂੰਨ ਰੱਦ ਕਰਵਾ ਲੈਣਗੇ ਤਾਂ ਫਿਰ ਭਾਵੇਂ ਸਾਡੇ ਘਰ ਦੇ ਵਿੱਚ ਆ ਕੇ ਚਾਹ ਪੀਣ ਬਿਸਕੁਟਾਂ ਦੇ ਨਾਲ ਤੇ ਜੋ ਮਰਜ਼ੀ ਕਰਨ ਫਿਰ ਇਹਨਾਂ ਨੂੰ ਖੁੱਲ ਹੋਊਗੀ ਪਰ ਉਨੀ ਦੇਰ ਨਹੀਂ ਤੇ ਰਾਜਾ ਵਿੜਿੰਗ ਨੂੰ ਘੇਰਾ ਪੈਣ ਤੋਂ ਬਾਅਦ ਪੰਜਾਬ ਦੇ ਜਿਹੜੇ ਕਾਂਗਰਸੀ ਨੇਤਾ ਉਹ ਵੀ ਹੁਣ ਸੋਚਣਗੇ ਜ਼ਰੂਰ ਕਿ ਕੁਝ ਨਾ ਕੁਝ ਕਰਗੇ 19 ਤਰੀਕ ਨੂੰ ਆਪਾਂ ਜਾਣਦੇ ਕਿ 19 ਅਕਤੂਬਰ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਹੋਇਆ ਇਹਦੇ ਮੁਤਲਕ ਅੱਜ ਇੱਕ ਕਿਸਾਨ ਯੂਨੀਅਨ ਨੇ ਹੋਰ ਗੱਲ ਕੱਢ ਮਾਰੀ ਭਾਰਤੀ ਕਿਸਾਨ ਯੂਨੀਅਨ ਅਗਰਾ ਹਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ 19 ਤਰੀਕ ਨੂੰ ਵਿਧਾਨ ਸਭਾ ਦਾ ਘੇਰਾਓ ਕਰਾਂਗੇ ਬਾਹਰ ਬੈਠ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਪਤਾ ਕਿਉਂ ਕਹਿੰਦੇ ਵੀ ਸਾਢੇ 3 ਵਰਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਕੀਤਾ ਕੁਝ ਨਹੀਂ ਇਸ ਕਰਕੇ ਸੀ ਇਹ ਕੁਝ ਕਰਨਾ ਇੱਕ ਪਾਸੇ 30 ਦੇ ਕਰੀਬ ਕਿਸਾਨ ਜਥੇਬੰਦੀਆਂ ਇਸ ਗੱਲ ਦੇ ਉੱਤੇ ਜ਼ੋਰ ਪਾਉਂਦੀਆਂ ਰਹੀਆਂ ਕਿ ਪੰਜਾਬ ਦੀ ਸਰਕਾਰ ਨੂੰ ਵਿਧਾਨ ਸਭਾ ਦਾ ਇਜਲਾਸ ਸੱਦਣਾ ਚਾਹੀਦਾ ਤੇ ਉੱਥੋਂ ਆਪਾਂ ਜਾਣਦੇ ਹਾਂ ਜੀ ਕਿ ਹੁਣ ਇਹ ਨਵਾਂ ਮੁੱਦਾ ਆ ਗਿਆ ਜੀ ਕਿ ਅਸੀਂ ਤਾਂ ਘੇਰਾ ਪਾਉਣਾ ਹੈਗਾ 30 ਕਿਸਾਨ ਜਥੇਬੰਦੀਆਂ ਇੱਕ ਪਾਸੇ ਆ ਜਾਂ 29 ਇੱਕ ਪਾਸੇ ਆ ਤੇ ਇੱਕ ਦੋ ਜਥੇਬੰਦੀਆਂ ਇੱਕ ਪਾਸੇ ਹੋਗੀਆਂ ਤੇ ਮੈਨੂੰ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਕਿ ਇੱਕ ਸੁਰਤਾ ਦੀ ਘਾਟ ਕਿਉਂ ਆ ਪਿਛਲੇ ਦਿਨੀ ਇੱਕ ਕਿਸਾਨ ਜਥੇਬੰਦੀ ਨੇ ਕਹਿੰਦਾ ਜੀ ਅਸਤ ਰੇਲ ਦੀਆਂ ਪਟੜੀਆਂ ਤੋਂ ਉੱਠ ਗਏ ਆ ਕਹਿੰਦੇ ਜੀ ਸਾਨੂੰ ਹੁਣ ਲੋੜ ਨਹੀਂ ਅਸੀਂ ਤਾਂ ਭਾਜਪਾ ਦੇ ਨੇਤਾਵਾਂ ਦਾ ਘਰਾਓ ਕਰਾਂਗੇ ਮਾਲ ਗੱਡੀਆਂ ਆਉਣ ਦਿਓ ਪਰ ਬਾਕੀ ਕਿਸਾਨ ਜਥੇਬੰਦੀਆਂ ਹਾਲੇ ਵੀ ਰੇਲਾਂ ਰੋਕਣ ਦੇ ਰਾਹ ਦੇ ਉੱਤੇ ਆ ਉਹਨਾਂ ਨੇ ਕਿਹਾ ਜੀ ਕਿ ਕੋਈ ਮਾਲ ਗੱਡੀ ਅਸੀਂ ਪੰਜਾਬ ਦੇ ਵਿੱਚ ਨਹੀਂ ਵੜਨ ਦੇਵਾਂਗੇ ਜੇਕਰ ਸਾਡੀ ਨਹੀਂ ਕੇਂਦਰ ਸੁਣਦੀ ਤੇ ਸਾਥੋਂ ਵੀ ਉਮੀਦ ਨਾ ਕਰੇ ਪੰਜਾਬ ਦੀ ਸਰਕਾਰ ਤੇ ਕੇਂ ਕਰਕੇ ਅਸੀਂ ਵੀ ਇਹਨਾਂ ਦੀ ਸੁਣਾਗੇ ਉਹਦਾ ਪੰਜਾਬ ਦੀ ਸਰਕਾਰ ਯਾਨੀ ਕਿ ਕੈਪਟਨ ਸਾਹਿਬ ਨੇ ਤਿੰਨ ਮੈਂਬਰੀ ਇੱਕ ਕੈਬਨਟ ਮੰਤਰੀਆਂ ਦੀ ਕਮੇਟੀ ਬਣਾਈ ਆ ਤਿੰਨ ਮੰਤਰੀ ਲਾਏ ਆ ਕਿਸਾਨਾਂ ਨੂੰ ਸਮਝਾਉਣ ਦੇ ਲਈ ਕਿ ਮਾਲ ਗੱਡੀਆਂ ਤਾਂ ਆ ਜਾਣ ਦਿਓ ਪਰ ਕਿਸਾਨ ਕਹਿੰਦੇ ਵੀ ਨਹੀਂ ਹੁਣ ਹੋਰ ਨਹੀਂ ਸਾਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ ਪਰ ਇਸੇ ਦਰਮਿਆਨ ਇੱਕ ਸਵਾਲ ਇਹ ਪੈਦਾ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਕਿੱਧਰ ਗਏ ਆ ਉਹਦਾ ਕੀ ਕਾਰਨ ਆ ਕਿ ਉਹ ਐਤਕੀ 19 ਅਕਤੂਬਰ ਨੂੰ ਵਿਧਾਨ ਸਭਾ ਦੇ اجلاس ਵਿੱਚ ਹਾਜ਼ਰ ਹੋਣਗੇ ਕਿਉਂਕਿ ਰੌਲਾ ਉਹਨਾਂ ਦਾ ਮੁੱਖ ਮੰਤਰੀ ਨਾਲ ਹੋ ਸਕਦਾ ਰੋਲਾ ਰਾਹੁਲ ਗਾਂਧੀ ਨਾਲ ਹੋ ਸਕਦਾ ਰੋਲਾ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋ ਸਕਦਾ ਰੋਲਾ ਕਿਸੇ ਅਕਾਲੀ ਦਲ ਦੇ ਰੇਤਾ ਨਾਲ ਹੋ ਸਕਦਾ ਪੰਜਾਬ ਦੇ ਲੋਕਾਂ ਦੇ ਨਾਲ ਕੀ ਰੋਲਾ ਪੰਜਾਬ ਦੇ ਲੋਕਾਂ ਨੇ ਤਾਂ ਖਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਪਰ ਉਸ ਤੋਂ ਬਾਅਦ ਜਦੋਂ ਤੋਂ ਉਹ ਕੈਬਨਿਟ ਮੰਤਰੀ ਨਹੀਂ ਰਿਹਾ ਤੇ ਉਹਨਾਂ ਨੇ ਤਾਂ ਬਤੌਰ ਵਿਧਾਇਕ ਵੀ ਵਿਧਾਨ ਸਭਾ ਦੇ ਵਿੱਚ ਜਾ ਕੇ ਕਦੇ ਹਾਜ਼ਰੀ ਨਹੀਂ ਲਵਾਈ ਤੇ ਇਹ ਗੱਲ ਕਿਹੜੇ ਪਾਸੇੋਂ ਚੰਗੀ ਹੈ ਸਵਾਲ ਇਹ ਵੀ ਪੈਦਾ ਹੁੰਦਾ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂ ਗੱਟਪੜੀ ਪੰਜਾਬ ਕੈਬਨਿਟ ਦੇ ਵਿੱਚੋਂ ਛੁੱਟੀ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਤੋਂ ਲਗਾਤਾਰ ਗੈਰ ਹਾਜ਼ਰ ਹੁੰਦੇ ਆ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਵਾਰ ਵਿਸ਼ੇਸ਼ اجلاس ਦੇ ਵਿੱਚ ਹਾਜ਼ਰੀ ਭਰ ਸਕਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕਾਂਗਰਸ ਹਾਈ ਕਮਾਂਡ ਵੱਲੋਂ ਵੀ ਸਿੱਧੂ ਨੂੰ ਕਿਸਾਨਾਂ ਲਈ ਸੱਦੇ ਇਸ ਵਿਸ਼ੇਸ਼ اجلاس ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਖਾਸ ਹਦਾਇਤ ਦਿੱਤੀ ਗਈ ਹੈ ਉਦੋਂ ਕੈਬਨਿਟ ਦੇ ਵਿੱਚੋਂ ਆਊਟ ਹੋਣ ਤੋਂ ਬਾਅਦ ਵੀ ਸਿੱਧੂ ਲਗਾਤਾਰ ਪੰਜਾਬ ਦੇ ਵੱਡੇ ਮੁੱਦਿਆਂ ਤੇ ਚੁੱਪ ਬੱਟੀ ਬੈਠੇ ਨੇ ਜਿਸ ਕਰਕੇ ਹੁਣ ਉਹਨਾਂ ਦੇ ਖਿਲਾਫ ਕੈਬਨਿਟ ਦੇ ਅਹੁਦੇ ਪ੍ਰਤੀ ਮੋਦੀ ਧਾਰਨਾ ਵੀ ਬਣੀ ਹੈ ਕਿ ਜਦੋਂ ਤੱਕ ਸਿੱਧੂ ਕੈਬਨਿਟ ਦੇ ਵਿੱਚ ਸਨ ਉਦੋਂ ਤੱਕ ਉਹ ਪੰਜਾਬ ਦੇ ਮੁੱਦਿਆਂ ਨੂੰ ਬਖੂਬੀ ਚਖਦੇ ਰਹੇ ਤੇ ਕੈਬਨਿਟ ਦੇ ਵਿੱਚੋਂ ਬਾਹਰ ਹੁੰਦਿਆਂ ਹੀ ਸਿੱਧੂ ਪੰਜਾਬ ਦੇ ਮੁੱਦਿਆਂ ਤੋਂ ਵੀ ਗਾਇਬ ਹੋ ਗਏ ਦੂਜੇ ਪਾਸੇ ਜਦੋਂ ਤੋਂ ਕਿਸਾਨਾਂ ਦੇ ਮੁੱਦੇ ਨੇ ਤੂਲ ਫੜਿਆ ਉਦੋਂ ਤੋਂ ਨਵਜੋਤ ਸਿੱਧੂ ਇਸ ਮਾਮਲੇ ਦੇ ਵਿੱਚ ਖੁੱਲ੍ਹ ਕੇ ਨਿੱਤਰ ਦੀ ਨਜ਼ਰ ਨਹੀਂ ਆਈ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਮਾਰਚ ਜ਼ਰੂਰ ਕੱਢਿਆ ਪਰ ਇਹ ਮਾਰਚ ਵੀ ਉਹਨਾਂ ਦੇ ਹਲਕੇ ਤੱਕ ਸੀਮਿਤ ਹੋ ਕੇ ਰਹਿ ਗਿਆ। ਰਾਹੁਲ ਗਾਂਧੀ ਦੇ ਟਰੈਕਟਰ ਮਾਰਚ ਦੇ ਵਿੱਚ ਸਿੱਧੂ ਮਹਿਜ ਕੁਝ ਘੰਟੇ ਨਜ਼ਰ ਆਏ ਤੇ ਆਪਣੇ ਕਿਰਦਾਰ ਤੇ ਸੁਭਾਅ ਦੇ ਮੁਤਾਬਕ ਖੁੱਲ੍ਹ ਕੇ ਨਹੀਂ ਬੋਲੇ। ਭਾਵੇਂ ਰਾਹੁਲ ਗਾਂਧੀ ਨੇ 3 ਦਿਨ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢੇ ਪਰ ਉੱਥੇ ਵੀ ਸਿੱਧੂ ਦੀ ਗੈਰ ਹਾਜ਼ਰੀ ਵੱਡੇ ਸਵਾਲ ਖੜੇ ਕਰ ਗਈ। ਫਿਲਹਾਲ ਪੰਜਾਬ ਸਰਕਾਰ ਨੇ ਕੇਂਦਰ ਦੇ ਕਾਨੂੰਨਾਂ ਖਿਲਾਫ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਤੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਅਸਰਹੀਣ ਕਰਨ ਦੇ ਲਈ ਪੰਜਾਬ ਸਰਕਾਰ ਕਿਹੜਾ ਪੰਤੜਾ ਵਰਤ ਰਹੀ ਹੈ? ਇਹਦੇ ਲਈ 19 ਅਕਤੂਬਰ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਸੇ ਕਹਾਂਗੇ ਇਹ ਗੱਲ ਬਿਲਕੁਲ ਸਹੀ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਚੰਗਾ ਬੁਲਾਰਾ ਉਹ ਇੱਕ ਇਮਾਨਦਾਰ ਬੰਦਾ ਤੇ ਉਹਨੂੰ ਲੋਕ ਸੁਣਨਾ ਚਾਹੁੰਦੇ ਆ ਤੇ ਉਹਨੂੰ ਲੋਕ ਮਿਲਣਾ ਚਾਹੁੰਦੇ ਆ ਤੇ ਉਹਦਾ ਅਸਰ ਲੋਕ ਕਬੂਲਦੇ ਆ ਪਰ ਇਹ ਵੀ ਗੱਲ ਝੂਠੀ ਨਹੀਂ ਕਿ ਸਿੱਧੂ ਆ ਜਿਹੜੇ ਉਹ ਬਹੁਤੀ ਵਾਰ ਅਸੀਂ ਦੇਖਦੇ ਆ ਕਿ ਜੇਕਰ ਰੁੱਸਦੇ ਆ ਤਾਂ ਪੂਰੇ ਪੰਜਾਬ ਨਾਲ ਹੀ ਰੁੱਸ ਜਾਂਦੇ ਆ ਤੇ ਜੇਕਰ ਖੁਸ਼ ਆ ਤਾਂ ਪੂਰੇ ਪੰਜਾਬ ਦੇ ਨਾਲ ਹੀ ਖੁਸ਼ ਹੁੰਦੇ ਆ ਪੰਜਾਬ ਦੀ ਤੇ ਦੇਸ਼ ਦੀ ਰਾਜਨੀਤੀ ਦੇ ਵਿੱਚ ਇਹ ਸਾਰਾ ਕੁਝ ਵਾਜਬ ਨਹੀਂ ਆ ਕਿਸੇ ਦੀ ਨਾਰਾਜ਼ਗੀ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਨਾਲ ਹੋ ਸਕਦੀ ਆ ਕਿਸੇ ਅਕਾਲੀ ਦਲ ਦੇ ਨੇਤਾ ਦੀ ਕਿਸੇ ਭਾਜਪਾਈ ਜਿਹੜੇ ਵਿਧਾਇਕ ਦੀ ਕਿਸੇ ਐਮਪੀ ਦੀ ਨਾਰਾਜ਼ਗੀ ਹੋ ਸਕਦੀ ਆ ਅਸ਼ਵਨੀ ਸ਼ਰਮਾ ਦੇ ਨਾਲ ਜਾਂ ਜੇਪੀ ਨੱਡਾ ਦੇ ਨਾਲ ਜਾਂ ਪ੍ਰਧਾਨ ਮੰਤਰੀ ਨਾਲ ਜਾਂ ਅਮਿਤ ਸ਼ਾਹ ਦੇ ਨਾਲ ਪਰ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਜਿਹੜੇ ਸੂਬੇ ਦੇ ਵਿੱਚੋਂ ਵੱਸਦਾ ਜਿੱਥੋਂ ਦੀ ਮਿੱਟੀ ਦਾ ਉਹਨੇ ਖਾਦਾ ਜਿੱਥੋਂ ਦੀ ਮਿੱਟੀ ਦੇ ਵਿੱਚੋਂ ਰਹਿੰਦਾ ਜਿੱਥੋਂ ਦੀ ਆਬੋ ਹਵਾ ਦੇ ਵਿੱਚੋਂ ਸਾਹ ਲੈਂਦਾ ਉਹਦੇ ਨਾਲ ਕਿਹੜੀ ਕਿਸਮ ਦੀ ਨਾਰਾਜ਼ਗੀ ਆ ਇਸ ਵਕਤ ਪੰਜਾਬ ਦੇ ਕਿਸਾਨ ਸੰਘਰਸ਼ ਦੇ ਰਾਹ ਦੇ ਉੱਤੇ ਆ ਹੁਣ ਕੱਲੇ-ਕੱਲੇ ਕਿਸਾਨ ਨੇ ਨਾ ਤਾਂ ਐਮਪੀ ਬਣਨਾ ਨਾ ਚੇਅਰਮੈਨੀ ਲੈਣੀ ਹੈ ਤੇ ਨਾ ਵਿਧਾਇਕ ਬੰਣਾ ਤੇ ਨਾ ਕਦੇ ਇਹਨਾਂ ਨੂੰ ਪੈਨਸ਼ਨ ਮਿਲਣੀ ਹੈ ਤੇ ਨਾ ਕਦੇ ਤਨਖਾਹ ਮਿਲਣੀ ਹੈ ਤੇ ਨਾ ਹੀ ਕਦੇ ਨੌਕਰੀ ਮੰਗਣੀ ਆ ਪਰ ਇਸ ਦੇ ਬਾਵਜੂਦ ਇੱਕ ਦੂਜੇ ਦੀ ਮਦਦ ਦੇ ਰੂਪ ਦੇ ਵਿੱਚ ਖੇਤ ਮਜ਼ਦੂਰ ਵੀ ਬੱਚੇ ਵੀ ਔਰਤਾਂ ਵੀ ਜਿਹੜੀਆਂ ਕਿ ਘਰ ਦੇ ਚੁੱਲ੍ਹੇ ਚੌਕੇ ਤਕਸੀਮਤ ਸੀ ਉਹ ਮੜਾਸੇ ਮਾਰ ਕੇ ਤੇ ਧਰਨਿਆਂ ਦੇ ਵਿੱਚ ਆ ਗਈਆਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੋਵੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਚੱਲ ਰਹੀ ਹੋਵੇ ਤੇ ਕੇਂਦਰ ਦੇ ਖਿਲਾਫ ਇੰਨੀ ਵੱਡੀ ਜੰਗ ਚੱਲਦੀ ਹੋਵੇ ਤੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਆਉਣ ਜਿਵੇਂ ਸਟਾਰ ਕਲਾਕਾਰ ਪ੍ਰਚਾਰਜਾ ਕਰਕੇ ਤੇ ਫਿਰ ਚਕਾਨੀ ਦੇ ਜਾਂਦੇ ਤੇ ਇਸ ਰੂਪ ਦੇ ਵਿੱਚ ਕੰਮ ਕਰਦੇ ਹੋਣ ਉਦੋਂ ਉਹਨਾਂ ਦੇ ਕੰਮਕਾਜ ਦੇ ਤਰੀਕਿਆਂ ਦੇ ਉੱਤੇ ਵਿਚਰਣ ਦੇ ਤਰੀਕੇ ਦੇ ਉੱਤੇ ਸਵਾਲ ਉੱਠਣੇ ਕੁਦਰਤੀ ਹੈ ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਦੀ ਕੈਬਨਟ ਦੇ ਨਾਲ ਨਾਰਾਜ਼ਗੀ ਹੈ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣਦੀ ਇਹ ਸਾਰੀਆਂ ਗੱਲਾਂ ਆਪਣੀ ਥਾਂ ਦੇ ਉੱਤੇ ਸਹੀ ਆ ਪਰ ਪੰਜਾਬ ਦੇ ਲੋਕਾਂ ਦੇ ਮਸਲੇ ਤਾਂ ਓਡੇ ਓਡੇ ਹੀ ਆ ਇਹ ਮਸਲੇ ਉਦੋਂ ਹੀ ਤਾਂ ਨਹੀਂ ਚੇਤੇ ਆਉਣੇ ਜਦੋਂ ਉਹ ਕੈਬਨਿਟ ਦੇ ਮੰਤਰੀ ਸੀ ਉਹ ਤਾਂ ਹੁਣ ਵੀ ਓਡੇ ਓਡੇ ਮਸਲੇ ਆ ਤੇ ਅੱਜ ਵੀ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਆ ਕਿ ਨਵਜੋਤ ਸਿੰਘ ਸਿੱਧੂ ਤੇ ਬਾਕੀ ਲੋਕ ਆ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਬੋਲਣ ਪਰ ਸਿੱਧੂ ਹੋਰੀ ਮਤਲਬ ਇਹ ਆ ਵੀ ਜੇਕਰ ਮੰਤਰੀ ਰਹਿਣਗੇ ਜੇਕਰ ਉਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਰਹਿਣਗੇ ਤਾਂ ਬੋਲਣਗੇ ਨਹੀਂ ਤਾਂ ਨਹੀਂ ਬੋਲਣਗੇ ਇਹ ਉਹਨਾਂ ਦੀ ਇੱਕ ਜ਼ਿੱਦ ਕਹਿ ਸਕਦੇ ਆ ਉਹਨਾਂ ਨੂੰ ਖੁੱਲ ਕੇ ਪੰਜਾਬ ਦੇ ਮਸਲਿਆਂ ਦੇ ਮੁ ਉਹ ਕੱਲ ਨੂੰ ਜਿਹੜੀ ਮਰਜ਼ੀ ਪਾਰਟੀ ਦੇ ਵੱਲ ਜਾਣ ਜਿੱਥੇ ਮਰਜ਼ੀ ਰਹਿਣ ਜਿੱਥੇ ਮਰਜ਼ੀ ਨਾ ਰਹਿਣ ਇਹ ਉਹਨਾਂ ਦੀ ਨਿੱਜੀ ਮਰਜ਼ੀ ਹੈ ਪਰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵਿਚਰਨਾ ਨਹੀਂ ਚਾਹੀਦਾ ਪੰਜਾਬ ਵਿਧਾਨ ਸਭਾ ਦੇ 19 ਤਰੀਕ ਦੇ ਇੱਕ ਦਿਨ ਦੇ اجلاس ਦੇ ਵਿੱਚ ਉਹ ਆਉਂਦੇ ਆ ਕਿ ਨਹੀਂ ਆਉਂਦੇ ਇਹ ਵਕਤ ਦੱਸੂਗਾ ਪਰ ਇਹ ਗੱਲ ਰੜਕਦੀ ਜ਼ਰੂਰ ਆ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਕਿ ਸਿੱਧੂ ਆਉਂਦੇ ਆ ਆਪਦੇ ਹਲਕੇ 'ਚ ਬਸ ਕੁਝ ਕੁ ਘੰਟੇ ਦਾ ਮਾਰਚ ਜਾ ਕੱਢਿਆ ਵਤਨੀ ਕਲਾ ਦੇ ਵਿੱਚ ਬਾਹਾਂ ਖਿਲਾਰ ਕੇ ਤੇ ਉਹਨਾਂ ਨੇ ਕਿਹਾ ਜੀ ਕਿ ਐਂ ਕਰ ਦੇਾਂਗੇ ਜੀ ਤੇ ਆ ਕਰਨਾ ਸ਼ੇਰ ਸੁਣਾ ਕੇ ਤੇ ਉਹਨਾਂ ਨੇ ਠੋਕੋ ਤਾੜੀ ਕਰਕੇ ਤੇ ਫੇਰ ਗਾਇ ਇਹ ਹੈ ਕਿ ਸਰਗਰਮੀ ਦੇ ਨਾਲ ਵਿਚਰਨ ਆਪ ਦੇ ਭਵਿੱਖ ਦੇ ਲਈ ਵੀ ਰਾਜਨੀਤਿਕ ਭਵਿੱਖ ਦੇ ਲਈ ਵੀ ਤੇ ਪੰਜਾਬ ਦੇ ਭਵਿੱਖ ਦੇ ਲਈ ਵੀ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਨਿਤ ਨਵੇਂ ਖੁਲਾਸੇ ਕੀਤੇ ਜਾ ਰਹੇ ਆ ਕਦੇ ਉਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਸ਼ਬਦ ਕवार ਕਰਦੇ ਆ ਕਦੇ ਭਾਜਪਾ ਦੇ ਉੱਤੇ ਕਰਦੇ ਆ ਪਿਛਲੇ ਦਿਨੀ ਰਵਨੀਤ ਬਿੱਟੂ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਅਸ਼ਵਨੀ ਸ਼ਰਮਾ ਜਿਹੜੇ ਕਿ ਭਾਜਪਾ ਦੇ ਪ੍ਰਧਾਨ ਆ ਇਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਮੈਂ ਕੀਤਾ ਜਾਂ ਮੈਂ ਕਰਵਾਇਆ ਇਹ ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਕਿਸਾਨਾਂ ਦੇ ਉੱਤੇ ਪਰਚੇ ਦਰਜ ਕਰਨ ਦੀ ਗੱਲ ਉਹਨਾਂ ਨੇ ਕਿਹਾ ਚੱਲ ਰਹੀ ਹੈ ਮੇਰੇ ਉੱਤੇ ਪਰਚਾ ਦਰਜ ਕਰੋ ਉਹਨਾਂ ਨੇ ਕਿਹਾ ਮੈਂ ਇਹ ਹਮਲਾ ਕਰਵਾਇਆ ਉਸ ਤੋਂ ਬਾਅਦ ਰਾਜਪੁਰੇ ਦੇ ਵਿੱਚ ਅੱਜ ਰਵਨੀਤ ਸਿੰਘ ਬਿੱਟੂ ਦਾ ਭਾਜਪਾ ਦੇ ਯੂਥ ਵਿੰਗ ਦੇ ਵੱਲੋਂ ਪੁਤਲਾ ਵੀ ਫੂਕਿਆ ਗਿਆ ਪਰ ਅਜਰਬਨੀਤ ਬਿੱਟੂ ਨੇ ਇੱਕ ਨਵੀਂ ਗੱਲ ਕਹਤੀ ਆ ਉਹ ਕਹਿੰਦੇ ਜੀ ਅਸਲ ਦੇ ਵਿੱਚ ਅਸ਼ਵਨੀ ਸ਼ਰਮਾ ਦੇ ਮਾਮਲੇ ਦੇ ਵਿੱਚ ਕਹਿੰਦੇ ਆ ਵੀ ਕਿਸਾਨਾਂ ਦੇ ਉੱਤੇ ਹੁਣ ਸਖਤ ਕਾਰਵਾਈ ਕਰਨੀ ਆ ਹਾਲੇ ਤੱਕ ਗੱਡੀ ਦੇ ਸ਼ੀਸ਼ੇ ਪੰਨੇ ਆ ਤੇ ਜੇਕਰ ਕਾਰਵਾਈ ਹੋ ਗਈ ਤਾਂ ਪਤਾ ਨਹੀਂ ਕੀ ਹੋ ਜਾਣਾ ਸੋ ਇਦਾਂ ਦੀਆਂ ਗੱਲਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸ਼ੋਭਦੀਆਂ ਨਹੀਂ ਹਾਲਾਂਕਿ ਮੈਂ ਇਸ ਗੱਲ ਨੂੰ ਮੰਨਦਾ ਕਿ ਜ਼ਿਆਰਤੀ ਕੀਤੀ ਆ ਭਾਜਪਾ ਨੇ ਕੇਂਦਰ ਦੀ ਸਰਕਾਰ ਦੇ ਵੱਲੋਂ ਜ਼ਿਆਰਤੀ ਕੀਤੀ ਗਈ ਆ ਭਾਜਪਾਈ ਨੇਤਾਵਾਂ ਦਾ ਵਿਰੋਧ ਵੀ ਵਾਜਬ ਹੈ ਇਹਨੂੰ ਗੈਰਵਾਜਬ ਨਹੀਂ ਮੰਨਦਾ ਪਰ ਜੇਕਰ ਅਸੀਂ ਇੱਕ ਦੂਜੇ ਦੇ ਉੱਤੇ ਹਿੰਸਕ ਵਰਤਾਰੇ ਦੀ ਗੱਲ ਕਰਾਂਗੇ ਜੇਕਰ ਅਸੀਂ ਡਰਾਵੇ ਦੇਵਾਂਗੇ ਭਾਵੇਂ ਕੋਈ ਭਾਜਪਾਈ ਅਕਾਲਗਨ ਨੂੰ ਦੇਵੇ ਤੇ ਭਾਵੇਂ ਅਕਾਲੀ ਕਾਂਗਰਸੀਆਂ ਨੂੰ ਦੇਣ ਤੇ ਭਾਵੇਂ ਆਮ ਆਦਮੀ ਪਾਰਟੀ ਵਾਲੇ ਕਿਸੇ ਹੋਰ ਨੂੰ ਦੇਣ ਇਹ ਮਰਿਆਦਾ ਵਾਲੀ ਰਾਜਨੀਤੀ ਦੇ ਦਾਇਰੇ ਦੇ ਵਿੱਚ ਗੱਲ ਨਹੀਂ ਆਉਂਦੀ ਸੋ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਹੈ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਇਸ ਵਕਤ ਠਰਮੇ ਦੇ ਨਾਲ ਵਿਚਰਨ ਤੇ ਆਪਣੇ ਹਲਕੇ ਦੇ ਮਸਲੇ ਜਿਹੜੇ ਉਹ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨ ਤੇ ਇਸ ਵਕਤ ਉਹਨਾਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਤੇ ਉਹ ਆਪਣੀ ਸਰਕਾਰ ਦੇ ਮੁਤਲਕ ਇਹ ਦਾਵਾ ਕਰਨ ਤੇ ਇਹ ਵਾਰਾ ਕਰਨ ਕੇ ਅਸੀਂ ਆ ਆ ਮਸਲੇ ਹੱਲ ਕਰ ਦਿੱਤੇ ਤੇ ਆ ਆ ਕਰ ਦੇਣੇ ਆ ਗੱਲਾਂ ਦੇ ਨਾਲ ਕੱਲ੍ਹ ਕੱਦਰ ਨਾਲ ਕੁਝ ਨਹੀਂ ਹੋਣਾ ਇਸ ਕਰਕੇ ਸਭ ਨੂੰ ਹੀ ਮੇਰੇ ਉੱਤੇ ਵੀ ਗੱਲ ਲਾਗੂ ਹੁੰਦੀ ਆ ਬਾਕੀਆਂ ਦੇ ਉੱਤੇ ਵੀ ਗੱਲ ਲਾਗੂ ਹੁੰਦੀ ਆ ਕਿ ਅਸੀਂ ਠਰਮੇ ਦੇ ਨਾਲ ਵਿਚਰ ਗਏ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ ਦੇ ਵਿੱਚ ਬਾਤ ਪਾਈਗੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਅਗਾ ਦੇਓ ਬਹੁਤ ਬਹੁਤ ਮਿਹਰਬਾਨੀ